ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਅੰਮ੍ਰਿਤਸਰ ਦੇ ਪਾਸਪੋਰਟ ਦਫ਼ਤਰ ਪਹੁੰਚੇ ਜਿੱਥੇ ਉਹਨਾਂ ਨੇ ਦਫ਼ਤਰ ਦੇ ਹਾਲਾਤਾਂ ਦਾ ਜਾਇਜ਼ਾ ਲਿਆ। ਇਸ ਮੌਕੇ ਸਰਦਾਰ ਔਜਲਾ ਨੇ ਕਿਹਾ ਕਿ ਉਹਨਾਂ ਕੋਲ ਲਿਖਤੀ ਸ਼ਿਕਾਇਤ ਆਈ ਸੀ ਕਿ ਲੋਕਾਂ ਨੂੰ ਪਾਸਪੋਰਟ ਬਣਵਾਉਣ ਲਈ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਘੰਟਿਆਂ ਬੱਧੀ ਲਾਈਨਾਂ ਵਿੱਚ ਖੜ੍ਹੇ ਹੋ ਕੇ ਵਾਪਸ ਜਾਣਾ ਪੈਂਦਾ ਹੈ। ਇਸ ਲਈ ਉਹਨਾਂ ਵੱਲੋਂ ਦੌਰੇ ਦੌਰਾਨ ਦਫ਼ਤਰ ਵਿੱਚ ਕਈ ਖਾਮੀਆਂ ਪਾਈਆਂ ਗਈਆਂ, ਜਿਸ ਦੀ ਸ਼ਿਕਾਇਤ ਲਿਖ ਕੇ ਸੰਬੰਧਿਤ ਅਧਿਕਾਰੀਆਂ ਨੂੰ ਭੇਜੀ ਗਈ ਅਤੇ ਕਿਹਾ ਕਿ ਇਸ ਨੂੰ ਜਲਦੀ ਤੋਂ ਜਲਦੀ ਦੂਰ ਕੀਤਾ ਜਾਵੇਗਾ। ਇਸ ਸੰਬੰਧੀ ਪਾਸਪੋਰਟ ਅਫਸਰ ਦਾ ਕਹਿਣਾ ਹੈ ਕਿ ਜਦੋਂ ਉਹਨਾਂ ਨੇ ਅਹੁਦਾ ਸੰਭਾਲਿਆ ਉਹਨਾਂ ਵੱਲੋਂ ਕਈ ਖਾਮੀਆਂ ਨੂੰ ਦੂਰ ਕੀਤਾ ਗਿਆ ਸੀ ਅਤੇ ਦਫ਼ਤਰ ਦੇ ਕੰਮ ਕਾਜ ਵਿੱਚ ਆ ਰਹੀਆਂ ਦਿੱਕਤਾਂ ਨੂੰ ਸਰਦਾਰ ਔਜਲਾ ਦੇ ਧਿਆਨ ਵਿੱਚ ਲਿਆਂਦੀਆਂ ਗਈਆਂ ਹਨ। ਉਹਨਾਂ ਖਾਮੀਆਂ ਨੂੰ ਉਹਨਾਂ ਵੱਲੋਂ ਦੂਰ ਕਰਨ ਦੀ ਕੋਸ਼ਿਸ਼ ਕਰਨਗੇ। ਪਾਸਪੋਰਟ ਆਫਿਸ ਜਿਹੜੀਆਂ ਕੁਛ ਲੋਕਾਂ ਦੀਆਂ ਕੰਪਲੇਂਟ ਆਉਂਦੀਆਂ ਨੇ, ਕੁਛ ਲੋਕ ਆਫਿਸ ਤੱਕ ਵੀ ਆਏ ਸਾਡੇ ਕੋਲ ਲਿਖਤੀ ਵੀ ਕੰਪਲੇਂਟ ਨੇ ਕਿ ਕਾਫੀ ਦੇਰ ਲੱਗ ਜਾਂਦੀ ਹੈ ਪਾਸਪੋਰਟ 'ਚ, ਕੁਝ ਚੀਜ਼ਾਂ ਨੇ, ਕੁਝ ਤੁਹਾਨੂੰ ਪਤਾ ਸਿਸਟਮ ਦੇ ਵਿੱਚ ਲੋਕ ਇਹੋ ਜਿਹੇ ਹੈਗੇ ਨੇ ਜਿਹੜਾ ਸਿਸਟਮ ਨੂੰ ਠੀਕ ਨਹੀਂ ਹੋਣ ਦਿੰਦੇ, ਔਰ ਉਹ ਕੰਪਲੇਂਟ ਨੂੰ ਲੈ ਕੇ ਹੀ ਅੱਜ ਮੋਨੀਟਰਿੰਗ ਵਾਸਤੇ ਆਇਆ ਸੀ ਆਫਿਸ ਮੈਂ, ਔਰ ਇਹਨਾਂ ਨੂੰ ਕ੍ਰਿਸ਼ਨ ਕੁਮਾਰ ਜੀ ਇੱਥੇ ਹੈਗੇ ਨੇ ਪਾਸਪੋਰਟ ਅਫਸਰ, ਔਰ ਇਹਨਾਂ ਦੇ ਧਿਆਨ 'ਚ ਵੀ ਲਿਆਂਦਾ, ਔਰ ਇਹਨਾਂ ਦੇ ਸਾਹਮਣੇ ਜਿਹੜੇ ਗ੍ਰਿਮਸਨ ਸੀ ਲੋਕਾਂ ਦੇ ਉਹਨਾਂ ਨੂੰ ਵੀ ਦੱਸੇ ਗਏ ਆ, ਔਰ ਇਹਨਾਂ ਨੂੰ ਵੀ ਕਿਹਾ ਗਿਆ ਕਿ ਅਸੀਂ ਲੋਕਾਂ ਦੀ ਸਹੂਲਤ ਵਾਸਤੇ ਇੱਥੇ ਬੈਠੇ ਹਾਂ, ਨਾ ਕਿ ਲੋਕਾਂ ਨੂੰ ਪਰੇਸ਼ਾਨ ਕਰਨਾ ਆ। ਠੀਕ ਹੈ ਜਿਹੜਾ ਬੰਦਾ ਗਲਤ ਆ ਉਹਦਾ ਪਾਸਪੋਰਟ ਨਹੀਂ ਬਣ ਸਕਦਾ, ਉਹਨੂੰ ਕਲੀਅਰ ਦੱਸਿਆ ਜਾਵੇ ਵੀ ਤੇਰਾ ਪਾਸਪੋਰਟ ਨਹੀਂ ਬਣੂਗਾ, ਪਰ ਜਿਹਦਾ ਬਣ ਸਕਦਾ ਉਹਦਾ ਟਾਈਮ ਬਾਉਂਡ ਬਣਨਾ ਚਾਹੀਦਾ, ਕਿਉਂਕਿ ਅੰਮ੍ਰਿਤਸਰ ਇੱਕ ਅੰਤਰਰਾਸ਼ਟਰੀ ਸਿਟੀ ਹੈ, ਇੱਥੇ ਕਈ ਦਿੱਕਤਾਂ ਆਉਣੀਆਂ ਨੇ ਪਾਸਪੋਰਟ ਦੇ ਮੁਤਲਕ, ਕਈ ਮੁਸ਼ਕਲਾਂ ਵੀ ਆਉਂਦੀਆਂ ਨੇ, ਔਰ ਇੱਕ ਅਜਿਹਾ ਸਥਾਨ ਹੈ ਕਿ ਜਿਹਦੇ ਪ੍ਰਤੀ ਲੋਕਾਂ ਦੇ ਮਨ ਦੇ ਵਿੱਚ ਬਹੁਤ ਉੱਚੀ ਆਦਰ ਭਾਵ ਹੈ, ਪਰ ਜੇ ਇੱਥੇ ਕੋਈ ਆ ਕੇ ਪਬਲਿਕ ਦਾ ਲੋਕ ਜਿਹੜੇ ਆ ਬਾਹਰਲੇ ਜਿਹੜੇ ਜੋ ਖਰਾਬ ਹੋਣ, ਤਾਂ ਫਿਰ ਉਹ ਅੰਮ੍ਰਿਤਸਰ ਦੇ ਨਾਂ ਨੂੰ ਵੀ ਪ੍ਰੋਬਲਮ ਆਉਂਦੀ ਹੈ, ਸਾਨੂੰ ਵੀ ਧੱਕਾ ਲੱਗਦਾ ਜਿਹੜੇ ਅਸੀਂ ਨੁਮਾਇੰਦੇ ਚੁਣੇ ਹਾਂ, ਫਿਰ ਲੋਕ ਇਹ ਸਮਝਦੇ ਕਿ ਸ਼ਾਇਦ ਨੁਮਾਇੰਦੇ ਵੀ ਸੁੱਤੇ ਨੇ, ਉਹਨਾਂ ਨੂੰ ਪਤਾ ਨਹੀਂ ਵੋਟ ਪਾਤੀ ਜਾਂ ਲੈ ਗਏ ਨੇ ਘਰਾਂ 'ਚ ਬੈਠੇ ਨੇ ਆਰਾਮ ਨਾਲ, ਇਹੋ ਜਿਹੀ ਕੋਈ ਗੱਲ ਨਹੀਂ, ਅਸੀਂ ਲੋਕਾਂ ਵਾਸਤੇ ਹਾਜ਼ਰ ਹਾਂ, ਕੋਈ ਦਿੱਕਤ ਆਉਂਦੀ ਹੈ ਜੇ ਕਿਸੇ ਦਾ ਬਿਲਕੁਲ ਸਹੀ ਜੈਨੂਨ ਕੇਸ ਆ ਉਹ ਕ੍ਰਿਸ਼ਨ ਕੁਮਾਰ ਹੋਣਾ ਨਾਲ ਵੀ ਕੰਟੈਕਟ ਕਰੇ, ਜੇ ਕੋਈ ਤਸੱਲੀ ਨਹੀਂ ਹੁੰਦੀ ਮੈਂਬਰ ਪਾਰਲੀਮੈਂਟ ਆਫਿਸ ਏਅਰਪੋਰਟ ਰੋਡ 'ਤੇ ਬਿਲਕੁਲ ਬਾਈਪਾਸ ਦੇ ਨਾਲ ਹੀ ਹੈ, ਕਿਸੇ ਵੀ ਜ਼ਿਲ੍ਹੇ ਦਾ ਬੰਦਾ ਉੱਥੇ ਆ ਕੇ ਮੇਰੇ ਆਫਿਸ ਆਪਣਾ ਕੰਮ ਨੋਟ ਕਰਾ ਸਕਦਾ, ਅਸੀਂ ਉਹਨੂੰ ਉਹਦਾ ਕੰਮ ਨੂੰ ਫੋਲੋ ਕਰਕੇ ਉਹਨੂੰ ਅਸੀਂ ਰਿਪਲਾਈ ਦੇ ਦਿਆਂਗੇ ਜੇ ਕੋਈ ਬਾਹਰੋਂ ਕਿਸੇ ਨੂੰ ਆਉਣ ਜਾਣ 'ਚ ਦਿੱਕਤ ਹੈ ਅੰਮ੍ਰਿਤਸਰ। ਸਾਰਾ ਕੁਛ ਹੈਗਾ, SMS ਵੀ ਹੈਗਾ ਇਹਨਾਂ ਦੇ, ਈਮੇਲ ਵੀ ਕਰਦੇ ਨੇ, ਪਰ ਕਿਤੇ ਨਾ ਕਿਤੇ ਕੋਈ ਦਿੱਕਤ ਹੈਗੀ ਉਹ ਇਹਨਾਂ ਨੂੰ ਹੁਣ ਕਿਹਾ ਕਿ ਦਿੱਕਤ ਲੱਭਣ, ਅਤੇ ਮੈਂ ਵੀ MBA ਨੂੰ ਚਿੱਠੀ ਲਿਖਾਂਗਾ, ਲੈਟਰ ਅਸੀਂ ਲਿਖਾਂਗੇ ਜੋ ਜੋ ਅੱਜ ਖਾਮੀਆਂ ਵੇਖੀਆਂ ਗਈਆਂ, ਜਿਹੜੀਆਂ ਕੋਈ MBA ਦੀ ਕਰਕੇ ਪਾਸਪੋਰਟ ਰੋਕੇ ਨੇ ਜਾਂ ਕਿਸੇ ਪੁਲਿਸ ਡਿਪਾਰਟਮੈਂਟ ਕਰਕੇ, ਉਹਨਾਂ ਦੀ ਲਿਸਟ ਵੀ ਅਸੀਂ ਇਹਨਾਂ ਤੋਂ ਮੰਗੀਏ, ਮੈਂ ਉੱਥੋਂ ਵੀ ਕਲੀਅਰ ਕਰਾ ਕੇ ਦੇਣੇ ਨੇ, ਔਰ ਜੇ ਕੋਈ ਇੱਥੇ ਅੜਿਆ ਆ ਪਾਸਪੋਰਟ ਕਿਸੇ ਦਾ ਉਹ ਸਾਡੇ ਨਾਲ ਕੰਟੈਕਟ ਕਰ ਸਕਦਾ, ਕਿਸੇ ਨੂੰ ਪਰੇਸ਼ਾਨੀ ਪਾਸਪੋਰਟ ਦਫ਼ਤਰ ਨਹੀਂ ਆਉਣ ਦਿੱਤੀ ਜਾਏਗੀ। ਸਟਾਫ ਇਹਨਾਂ ਕੋਲ ਘੱਟ ਆ, ਇਹ ਇਹਨਾਂ ਦਾ ਆਫਿਸ਼ੀਅਲ ਮਾਮਲਾ ਆ, ਜਾਂ ਤਾਂ ਫਿਰ ਦਫ਼ਤਰ ਜਾਂ ਤਾਂ ਫਿਰ ਬੰਦ ਕਰ ਦਈਏ, ਸਟਾਫ ਘੱਟ ਨਾ ਲੋਕਾਂ ਨੂੰ ਕੀ ਇਸ ਚੀਜ਼ ਦਾ ਮਤਲਬ ਹੈ, ਜਦੋਂ ਅਸੀਂ ਬੈਠੇ ਹਾਂ ਅਸੀਂ ਉਹਨਾਂ ਨੂੰ ਕੰਮ ਕਰਨ ਨੂੰ ਬੈਠੇ ਹਾਂ, ਜਾਂ ਤਾਂ ਫਿਰ ਅਸੀਂ ਬਿਲਕੁਲ ਹਥਿਆਰ ਛੱਡ ਦਈਏ ਵਿੱਚ ਸਟਾਫ ਦਿਓ, ਪਰ ਜਦੋਂ ਆਪਾਂ ਇੱਕ ਪੋਸਟਾਂ 'ਤੇ ਬੈਠੇ ਹਾਂ ਉਹੀ ਕੰਮ ਜਿਹੜਾ ਕੋਈ ਬਾਹਰ ਕੋਈ ਥੱਲੇ ਕਈ ਤਰ੍ਹਾਂ ਦੇ ਲੋਕ ਤੁਰੇ ਫਿਰਦੇ ਥੋੜ੍ਹੇ ਬਹੁਤੇ ਪੈਸੇ ਲੈ ਕੇ ਜਦੋਂ ਕੰਮ ਛੇਤੀ ਕਰਾ ਦਿੰਦੇ ਆ, ਫਿਰ ਇੱਕ ਸਵਾਲੀਆ ਚਿੰਨ ਲੱਗ ਜਾਂਦਾ, ਕੁਐਸਚਨ ਮਾਰਕ ਲੱਗ ਜਾਂਦਾ, ਉਹ ਇਹਨਾਂ ਦੀ ਕਾਬਲੀਅਤ 'ਤੇ ਵੀ ਲੱਗਦਾ ਆ, ਉਹ ਸਾਨੂੰ ਚੁਣਨ 'ਤੇ ਵੀ ਸਾਡੀ ਕਾਬਲੀਅਤ 'ਤੇ ਵੀ ਲੱਗਦਾ ਕਿ ਤੁਹਾਡੇ ਰਾਜ ਦੇ ਵਿੱਚ ਇਹ ਕਿਉਂ ਹੋਇਆ, ਤੁਹਾਨੂੰ ਚੁਣਿਆ ਸਾਨੂੰ ਪੈਸੇ ਦੇ ਕੇ ਕੰਮ ਕਿਉਂ ਕਰਾਉਣਾ ਪਿਆ। ਸੋ ਮੈਂ ਇਹ ਚੀਜ਼ ਆਨਾ ਆ ਕਿ ਜਿਹੜੇ ਲੋਕ ਵਾਸਤੇ ਜਿਹੜੀਆਂ ਸੀਟਾਂ ਬਣੀਆਂ ਨੇ ਅਸੀਂ ਲੋਕਾਂ ਦੁਆਰਾ ਲੋਕਾਂ ਲਈ ਚੁਣੇ ਗਏ ਨੁਮਾਇੰਦੇ, ਅਤੇ ਅਸੀਂ ਉਹਨਾਂ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹਨਾਂ ਨੂੰ ਹੱਲ ਕਰਨਾ ਆ, ਉਹਨਾਂ ਨੂੰ ਘਟਾਉਣਾ ਆ, ਲੋਕਾਂ ਦੀ ਸੇਵਾ 'ਚ ਅਸੀਂ ਹਾਜ਼ਰ ਹਾਂ ਔਰ ਹਮੇਸ਼ਾ ਹੀ ਰਹਿਣਾ। ਜੇ ਹਮਾਰੇ ਆਦਰਨੀਏ ਸ਼੍ਰੀ ਗੁਰਜੀਤ ਸਿੰਘ ਔਜਲਾ ਸਾਹਿਬ ਹਮਾਰੇ ਆਫਿਸ ਮੈਂ ਆਏ, ਪਹਿਲਾ ਨੰਬਰ ਤਾਂ ਉਨ੍ਹਾਂ ਦਾ ਸਵਾਗਤ ਹੈ, ਔਰ ਜੋ ਵੀ ਇਨਕੇ ਸੰਗਿਆਨ ਮੇਂ ਕੋਈ ਕਿਸੇ ਪ੍ਰਕਾਰ ਕੀ ਕੋਈ ਦੇਰੀ ਹੋਣੇ ਕੀ ਜਾਂ ਸਮੱਸਿਆ ਕੀ ਇਨਕੇ ਨੋਟਿਸ ਮੇਂ ਆਇਆ ਹੈ, ਤੋ ਮੇਰੀ ਇਨਸੇ ਵਿਨਤੀ ਹੈ ਜਾਂ ਅਰਜ਼ ਹੈ ਕਿ ਇਹ ਹਮੇਂ ਬਤਾਏ ਤਾਂ ਕਿ ਮੈਂ ਖੁਦ ਉਨ ਕੇਸਿਸ ਕੋ ਰਿਵਿਊ ਕਰ ਸਕੂੰ। ਮੈਨੇ 2015 ਮੇਂ ਯਹਾਂ 30 ਜਨਵਰੀ ਕੋ ਚਾਰਜ ਲਿਆ ਥਾ, ਔਰ ਜਬ ਸੇ ਮੈਂ ਆਇਆ ਹੂੰ ਤੋ ਮੈਨੇ ਯਹਾਂ ਪਰ ਬਹੁਤ ਕੁਛ ਚੇਂਜਸ ਕੀ, ਅਪਾਇੰਟਮੈਂਟ ਜੋ ਕਿ ਮਹੀਨਾ 45 ਦਿਨ ਮੇਂ ਮਿਲਤੀ ਥੀ ਉਸਕੋ ਹਮਨੇ ਡਾਊਨ ਕੀਆ। ਪਾਸਪੋਰਟ ਸੇਵਾ ਕੇਂਦਰ ਕੋ ਫਸਟ ਪ੍ਰਾਇਰਟੀ ਦੀ ਜਾਤੀ ਹੈ, ਕਿਉਂਕਿ ਕੋਈ ਵੀ ਬੰਦਾ ਛੁੱਟੀ ਆ ਜਾਏ ਤੋ ਉਸਕੋ ਹਮ ਬੰਦ ਨਹੀਂ ਕਰ ਸਕਦੇ, ਤੋ ਵਹਾਂ ਪਰ ਹਮੇਂ ਯਹਾਂ ਸੇ ਵੀ ਆਦਮੀ ਭੇਜਣਾ ਪੜਤਾ ਹੈ, ਤੋ ਕਈ ਵਾਰ ਕੋਈ ਕੇਸ ਜੋ ਹੈ ਵੋ ਅਨਅਟੈਂਡਡ ਵੀ ਰਹਿ ਜਾਤਾ ਹੈ। ਦੂਸਰਾ, ਜਿਸਕਾ ਵੀ ਕੋਈ ਸਹੀ ਜੈਨੂਇਨ ਕੇਸ ਹੋਤਾ ਹੈ ਵੋ ਵਹੀਂ ਪਰ ਉਸੀ ਸਮੇਂ 15 ਸੇ 25 ਮਿੰਟ ਮੇਂ ਨਿਪਟਾਰਾ ਹੋ ਜਾਤਾ ਹੈ। ਯਹਾਂ ਸਿਰਫ ਉਸੀ ਪ੍ਰਕਾਰ ਕੇ ਕੇਸ ਆਤੇ ਹੈ ਜਿਸਮੇਂ ਕੋਈ ਮੁਕੱਦਮਾ ਲੰਬਿਤ ਹੋ,
जो कोई विदेश में बैठ के किसी ने पासपोर्ट बनाया हो, या विदेश से कोई पासपोर्ट जारी हुआ हो, या जाली दस्तावेज पे कोई पासपोर्ट बनाया गया हो, या कोई भी डेट ऑफ बर्थ उम्र के लिए पहले आदमी ने जन्म का बर्थ का सर्टिफिकेट दिया है और वो अब दूसरा बर्थ का लाता है, तो वो मिनिस्ट्री के आदेश की वजह से बर्थ सर्टिफिकेट टू बर्थ सर्टिफिकेट वो बदली नहीं होता, उनमें कोर्ट के आदेश चाहिए होते हैं। कभी कोई केस आता है वो तुरंत फुरत जो है ना अटेंड होता है, उसमें चिट्ठी जाती है, उसमें जेन्युइननेस के लिए चिट्ठी जाती है, तो इसमें थोड़ी बहुत देर हो जाती है कई बार। और कुछ केसेस में हमें जैसे नेगेटिव रिपोर्ट्स मिलती हैं तो उसको तो हम सिस्टम अलाउ ही नहीं करता हमारे को, तो उनको फाइलों को बंद करना पड़ता है। जो अपने स्कूल सर्टिफिकेट वगैरह जो अनरिकॉग्नाइज है मिनिस्ट्री ने बनाए हुए हैं जो कि सही नहीं है, वो भी गलत होते हैं, तो उनको हम ECR के बेस पे कर देते हैं, उनको इमिग्रेशन क्लियरेंस नहीं देते हैं। तो बाकी अब ओजला साहब ने हमें जो बताई है छोटी मोटी ग्रीवियंस पब्लिक की, तो मैं पर्सनली उसको रिजॉल्व करूँगा और खुद मॉनिटर करूँगा इस चीज़ को, और स्टाफ को भी आदेश दूंगा कि भाई जो जिस दिन आता है उसी दिन उसका निपटारा करें।